ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪ ਸਭ ਦਾ ਸਵਾਗਤ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਸ ਲਈ ਵੱਡੀ ਖੁਸ਼ਖਬਰੀ, ਮੁਲਾਜ਼ਮਾਂ ਅਤੇ ਪੈਨਸ਼ਨਰਸ ਦੀ ਤਨਖਾਹ ਅਤੇ ਪੈਨਸ਼ਨ ਵਿੱਚ ਹੋਵੇਗਾ ਵਾਧਾ, ਜਾਰੀ ਕੀਤਾ ਗਿਆ ਇਹ ਪੱਤਰ। ਸੋ ਦੋਸਤੋ, ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਰਾਹੀਂ ਦੇਵਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਜੋ ਵੀ ਦੋਸਤ ਇਸ ਚੈਨਲ 'ਤੇ ਪਹਿਲੀ ਵਾਰੀ ਆਏ ਹਨ, ਜਿਨ੍ਹਾਂ ਨੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ, ਤਾਂ ਹਰ ਇੱਕ ਲੇਟੈਸਟ ਅਪਡੇਟ ਲੈਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ, ਤਾਂ ਜੋ ਇਹ ਅਪਡੇਟ ਹਰ ਇੱਕ ਤੱਕ ਪਹੁੰਚ ਸਕੇ। ਸੋ ਦੋਸਤੋ, ਆਓ ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਇਸ ਮਹੀਨੇ ਜੋ ਦਸੰਬਰ ਦੇ ਵਿੱਚ ਤਨਖਾਹ ਮਿਲੇਗੀ, ਉਹ ਵੱਧ ਕੇ ਮਿਲੇਗੀ, ਕਿਉਂਕਿ ਜਿਨ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੇ ਆਪਸ਼ਨ ਸਿਲੈਕਟ ਕਰ ਲਈ ਹੈ, ਤਾਂ ਉਹਨਾਂ ਦੀ ਜੋ ਇਸ ਮਹੀਨੇ ਤਨਖਾਹ ਪੈਣੀ ਹੈ ਉਹ ਵੱਧ ਕੇ ਆਏਗੀ, ਅਤੇ 6ਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਆਏਗੀ। ਤੁਸੀਂ ਜੋ ਫੈਕਟਰ ਸਿਲੈਕਟ ਕੀਤਾ ਹੋਏਗਾ, ਤੁਹਾਡੀ ਤਨਖਾਹ ਉਸ ਦੇ ਅਕੋਰਡਿੰਗ ਬਣ ਕੇ ਆਏਗੀ। ਸੋ ਦੋਸਤੋ, ਵੱਖ ਵੱਖ ਵਿਭਾਗਾਂ ਦੇ ਵੱਲੋਂ ਆਪਸ਼ਨ ਸਿਲੈਕਟ ਕਰਨ ਦੇ ਬਾਰੇ ਵਿੱਚ ਲਗਾਤਾਰ ਪੱਤਰ ਜਾਰੀ ਕੀਤੇ ਜਾ ਰਹੇ ਹਨ, ਅਤੇ ਜੋ ਮੁਲਾਜ਼ਮ ਹਨ ਉਹ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਆਪਸ਼ਨ ਸਿਲੈਕਟ ਕਰ ਰਹੇ ਹਨ। ਸੋ ਦੋਸਤੋ, ਜਿਨ੍ਹਾਂ ਨੇ ਆਪਸ਼ਨ ਸਿਲੈਕਟ ਕਰ ਲਈ ਹੈ, ਉਹਨਾਂ ਮੁਲਾਜ਼ਮਾਂ ਨੂੰ ਹੀ ਇਸ ਮਹੀਨੇ ਜੋ ਤਨਖਾਹ ਹੈ ਉਹ ਵੱਧ ਕੇ ਮਿਲੇਗੀ। ਜਿਨ੍ਹਾਂ ਮੁਲਾਜ਼ਮਾਂ ਨੇ ਆਪਸ਼ਨ ਸਿਲੈਕਟ ਨਹੀਂ ਕੀਤੀ ਹੈ, ਉਹਨਾਂ ਦੀ ਸ਼ਾਇਦ ਇਸ ਮਹੀਨੇ ਜੋ ਤਨਖਾਹ ਹੈ ਉਹ ਵੱਧ ਕੇ ਨਾ ਆਏ। ਸੋ ਦੋਸਤੋ, ਜੋ ਆਪਸ਼ਨ ਸਿਲੈਕਟ ਕਰਨ ਦੀ ਲਾਸਟ ਡੇਟ ਹੈ, ਉਹ ਪੰਜਾਬ ਸਰਕਾਰ ਵੱਲੋਂ 4 ਦਸੰਬਰ ਦਿੱਤੀ ਗਈ ਹੈ। 4 ਦਸੰਬਰ ਤੱਕ ਜੋ ਮੁਲਾਜ਼ਮ ਹਨ ਉਹ ਆਪਣੀ ਆਪਸ਼ਨ ਪੰਜਾਬ ਸਰਕਾਰ ਨੂੰ ਦੇ ਸਕਦੇ ਹਨ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਅਪਡੇਟ। ਹੋਰ ਵਧੇਰੇ ਇਸੇ ਤਰ੍ਹਾਂ ਦੇ ਲੇਟੈਸਟ ਅਪਡੇਟ ਲੈਣ ਦੇ ਲਈ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਨਾਲ, ਜਦ ਤੱਕ ਲਈ ਧੰਨਵਾਦ।